ਬੜੀ ਯੂਨੀਅਨ ਜ਼ਿਲ੍ਹਾ ਲੁਧਿਆਣਾ ਅਤੇ ਸਭ ਨੂੰ ਜਨਤਾ ਨੂੰ ਵੀ ਸਤਿ ਸ਼੍ਰੀ ਅਕਾਲ, ਮੰਡੀ ਦੇ ਆੜ੍ਹਤੀਆਂ ਨੂੰ ਵੀ ਨਮਸਤੇ, ਸਾਰਿਆਂ ਨੂੰ ਰਾਮ ਰਾਮ ਕਰਦਾ ਹਾਂ। ਜਿਹੜੀ ਮੈਂ ਅੱਜ ਗੱਲ ਕੀਤੀ ਹੈ ਉਹ ਬਿਲਕੁਲ ਸੱਚਾਈ ਹੈ, ਸੱਚਾਈ ਦੇ ਉੱਤੇ ਧਿਆਨ ਦੇ ਕੇ ਜਨਤਾ ਵੀ ਸਾਡੀ ਸਾਥ ਦੇਵੇ ਅਤੇ ਪ੍ਰਸ਼ਾਸਨ ਵੀ ਸਾਡਾ ਸਾਥ ਦੇ। ਨੇਤਾਵਾਂ ਦੀ ਵਜ੍ਹਾ ਕਰਕੇ ਅੱਜ ਜਿਹੜਾ ਕਿਸਾਨ ਹੈ, ਜਨਤਾ ਅਤੇ ਸਟੀਲ ਵੈਂਡਰਸ ਜਿਹੜਾ ਗਲੀਆਂ ਮੁਹੱਲਿਆਂ ਦੇ ਵਿੱਚ ਲੋਕਾਂ ਤੱਕ ਸਬਜ਼ੀ ਅਤੇ ਫਰੂਟ ਪਹੁੰਚਾਉਂਦਾ, ਮੰਡੀ ਦੇ ਵਿੱਚ ਕਿਸਾਨ ਦੀ ਸਬਜ਼ੀ ਸਸਤੀ ਵਿਕ ਰਹੀ ਹੈ ਔਰ ਸੜ ਵੀ ਰਹੀ ਹੈ। ਅਤੇ ਉਹਦੀ ਵਜ੍ਹਾ ਇਹ ਹੈ ਵੀ ਜਿਹੜੇ ਪਾਸ ਬਣਾਏ ਨੇ ਉਹ ਪਾਸ ਗਲਤ ਹੱਥਾਂ ਦੇ ਵਿੱਚ ਚਲੇ ਗਏ, ਇਸ ਕਰਕੇ ਸਬਜ਼ੀ ਤਾਂ ਸਸਤੀ ਹੈ ਮੰਡੀ ਦੇ ਵਿੱਚ, ਪਰ ਇਲਜ਼ਾਮ ਜਿਹੜਾ ਗਲੀਆਂ ਮੁਹੱਲਿਆਂ ਦੇ ਵਿੱਚ ਵੇਚਣ ਵਾਲਿਆਂ 'ਤੇ ਆ ਰਿਹਾ ਵੀ ਉਹ ਸਬਜ਼ੀ ਮਹਿੰਗੀ ਵੇਚਦੇ ਆ। ਇੱਕ ਹੋਲਸੇਲਰ ਜਦੋਂ ਮੰਡੀ 'ਚ ਮਾਲ ਖਰੀਦ ਕੇ ਲਿਆਉਂਦਾ, ਕੱਲ੍ਹ ਦੀ ਜਿਹੜੀ ਮੰਡੀ ਖੁੱਲ੍ਹੀ ਸੀ ਪਿੱਛੇ ਪਰਸੋਂ, ਕੱਲ੍ਹ ਦੀ ਇਹ ਰਿਪੋਰਟ ਹੈ ਵੀ 30-32 ਰੁਪਏ ਕਿਲੋ ਮਟਰ ਮੰਡੀ ਦੇ ਵਿੱਚ ਵਿਕੇ ਆ ਔਰ ਹੋਲਸੇਲਰਾਂ ਨੇ 50 ਰੁਪਏ ਕਿਲੋ ਮਟਰ ਵੇਚੇ। ਮੰਡੀ ਦੇ ਵਿੱਚ ਟਮਾਟਰ ਦਾ ਗ੍ਰੇਡ 450 ਰੁਪਏ ਦਾ ਵਿਕਿਆ, ਹੋਲਸੇਲਰ ਨੇ 600 ਰੁਪਏ ਦਾ ਵੇਚਿਆ, ਪਿਆਜ਼ ਮੰਡੀ ਵਿੱਚ 16-17-18 ਰੁਪਏ ਕਿਲੋ ਵਿਕ ਰਹੇ ਆ ਔਰ ਇਹਨਾਂ ਨੇ 25 ਰੁਪਏ ਪ੍ਰੋਵਾਈਡ ਕੀਤੇ ਔਰ ਪਿਆਜ਼ ਵੀ ਜਿਹੜੇ ਉਹ ਪ੍ਰੋਵਾਈਡ ਕਰ ਰਹੇ ਰੇੜੀ ਵਾਲਿਆਂ ਨੂੰ, ਜਿਹੜੇ ਦੇਖਣ ਲਾਇਕ ਨਹੀਂ ਉਹ ਕਿੱਥੋਂ ਆਮਦਨ ਕਰਦੇ ਆ, ਉਹ ਚੀਜ਼ ਨੂੰ ਲੱਭ ਰਿਹਾ ਮੰਡੀਆਂ ਦੇ ਵਿੱਚੋਂ, ਹਲਕੀ ਚੀਜ਼ ਨੂੰ ਬੀਜਣ ਦੇ ਵਿੱਚੋਂ ਮੋਟੀ ਕਮਾਈ ਹੋਵੇ। 450 ਰੁਪਏ ਦਾ ਗ੍ਰੇਡ ਲਿਆ ਕੇ ਜਿਹੜਾ ਸਟਰੀਟ ਵੈਂਡਰ ਗਲੀਆਂ ਵਿੱਚ ਧੱਕੇ ਖਾ ਕੇ ਮਾਲ ਵੇਚ ਰਿਹਾ ਉਹਨੂੰ 600 ਰੁਪਏ ਦਿੱਤਾ, 150 ਰੁਪਈਆ ਹੋਰ ਸੇਲਰ ਰੁਪਈਆ ਆਪਣਾ 2 ਘੰਟਿਆਂ ਹੀ ਕਮਾ ਕੇ ਘਰ ਚਲੇ ਗਿਆ। ਇਹ ਸਾਰਾ ਮਿਲੀ ਭਗਤ ਨਾਲ ਹੋ ਰਿਹਾ, ਜਿੰਨੇ ਵੀ ਪਾਸ ਬਣੇ ਸਾਰੇ ਮਿਲੀ ਭਗਤ ਨਾਲ ਬਣੇ, ਇਸ ਕਰਕੇ ਉਹ ਲੋਕ ਸ਼ਾਮਲ ਨੇ ਜਿਹੜੇ ਲੋਕ ਸਬਜ਼ੀ ਫਰੂਟ ਦੇ ਬਾਰੇ ਜਾਣਦੇ ਵੀ ਨਹੀਂ ਔਰ ਜਿਹੜੇ ਲੋਕ ਜਾਣਦੇ ਨੇ ਜਿਨ੍ਹਾਂ ਦੇ ਕਾਰਡ ਬਣੇ ਨੇ MC ਦੇ, ਉਹਨਾਂ ਨੂੰ ਪਾਸ ਪ੍ਰੋਵਾਈਡ ਨਹੀਂ ਕੀਤੇ ਗਏ, ਨਾ ਤਾਂ ਮੰਡੀਆਂ ਦੇ ਵਿੱਚ ਜਾਣ ਦਿੱਤਾ ਜਾ ਰਿਹਾ, ਨਾ ਸਬਜ਼ੀਆਂ ਲਿਆਉਣ ਦਿੱਤੀਆਂ ਜਾ ਰਹੀਆਂ, ਨਾ ਗਲੀਆਂ ਵਿੱਚ ਪ੍ਰਸ਼ਾਸਨ ਵੇਚਣ ਦੇ ਜਾ ਰਿਹਾ। ਉਹ ਜਿਹੜੇ ਵੀ ਆਪਣਾ ਵਾਰਡ ਵਾਈਜ਼ ਉਹਨਾਂ ਨੇ ਵੀ ਬਣਾਏ ਨੇ ਸਟਰੀਟ ਵੈਂਡਰ ਰੇੜੀਆਂ ਵਾਲੇ, ਉਹ ਵੀ ਉਹਨਾਂ ਦੇ ਆਪਣੇ ਲੋਕ ਨੇ ਜਿਨ੍ਹਾਂ ਨੇ ਪਾਸ ਬਣਵਾਏ ਆਪਣਾ ਹੋਲਸੇਲ ਦਾ, ਉਹਨਾਂ ਨੇ 20 ਮੈਂਬਰ ਆਪਣੇ ਹੀ ਦਿੱਤੇ ਹੋਏ ਨੇ, ਅੱਗੋਂ ਭਾਈਆਂ ਨੂੰ 300 ਰੁਪਏ ਦਿਹਾੜੀ ਦੇ ਕੇ ਰੇੜੀਆਂ ਕਿਰਾਏ 'ਤੇ ਖਰੀਦ ਕੇ ਉਹਨਾਂ ਨੂੰ ਸਬਜ਼ੀਆਂ ਵਿੱਚ ਦੇ ਲਾਤਾ। ਮੈਂ DC ਸਾਹਿਬ ਨੂੰ, ਪ੍ਰਸ਼ਾਸਨ ਨੂੰ, ਮੰਡੀ ਬੋਰਡ ਨੂੰ, ਤੁਸੀਂ ਲਿਸਟ ਤਾਂ ਜਾਰੀ ਕਰਦੇ ਹੋ ਮੰਡੀ ਬੋਰਡ ਨੂੰ, ਮੈਂ ਗੱਲ ਕਹਿੰਦਾ ਪਪੀਤਾ ਮੰਡੀ ਵਿੱਚ ਕੀ ਪਾਇਆ, ਸੱਚਾਈ ਪੇਸ਼ ਕਰੋ। ਜਨਤਾ ਨੂੰ ਤੁਸੀਂ ਗੁੰਮਰਾਹ ਕਰਤਾ, ਜਨਤਾ ਸਟਰੀਟ ਵੈਂਡਰ 'ਤੇ ਗੱਲ ਪੈ ਰਹੀ ਹੈ, ਮੰਡੀ ਦੇ ਵਿੱਚ ਪਪੀਤਾ 25 ਰੁਪਏ ਕਿਲੋ ਵਿਕ ਰਿਹਾ ਅਤੇ ਤੁਸੀਂ ਕਹਿੰਦੇ ਹੋ ਪਪੀਤਾ 25 ਰੁਪਏ ਕਿਲੋ ਸ਼ਹਿਰ 'ਚ ਵੇਚੋ, ਜਿਹਦੀ 10% ਵੇਸਟਿੰਗ ਜਿਹੜੀ ਰੇੜੀ ਵਾਲਾ ਜਿੰਦਾ ਮਾਲ ਸ਼ਾਮ ਨੂੰ ਨਹੀਂ ਵਿਕਦਾ, ਗਲੀਆਂ ਸੀਲ ਹੋ ਗਈਆਂ, ਗਲੀਆਂ ਸੀਲ ਹੋਣ ਕਰਕੇ ਉਹਨਾਂ ਦਾ ਮਾਲ ਬਚ ਜਾਂਦਾ ਔਰ 10% ਉਹਦੀ ਜਿਹੜੀ ਵੇਸਟਿੰਗ ਹੋ ਜਾਂਦੀ ਆ, 10% ਜਿਹੜਾ ਉਹਦੇ ਪਾਲਣ ਪੋਸ਼ਣ ਬੱਚੇ ਦੇ ਵਾਸਤੇ ਚਾਹੀਦਾ। ਅਤੇ ਇਸ ਕਰਕੇ ਮੈਨੂੰ ਪ੍ਰਸ਼ਾਸਨ ਦੱਸੇ, ਮੈਨੂੰ DC ਸਾਹਿਬ ਦੱਸੇ ਵੀ ਜਿਹੜਾ ਬੰਦਾ ਮੰਡੀਆਂ 25 ਰੁਪਏ ਕਿਲੋ ਪਪੀਤਾ ਖਰੀਦ ਕੇ 25 ਰੁਪਈਏ ਸ਼ਹਿਰ 'ਚ ਕਿਵੇਂ ਪ੍ਰੋਵਾਈਡ ਕਰ ਦੂਗਾ। ਇਹ ਤੁਸੀਂ ਹਮੇਸ਼ਾ ਜਦੋਂ ਵੀ ਸਾਡੇ ਤੱਕ ਸੰਕਟ ਆਇਆ ਔਰ ਤੁਸੀਂ ਮੇਰਾ ਸਾਥ ਦਿੱਤਾ, ਇਹਦੀ ਬਿਲਕੁਲ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਜਿਹੜੇ ਪਾਸ ਜਿਨ੍ਹਾਂ ਦਾ ਕੋਈ ਲਿੰਕ ਨਹੀਂ ਉਹ ਰੱਦ ਕੀਤੇ ਜਾਣੇ ਚਾਹੀਦੇ ਆ ਔਰ ਸਰੀਰ ਵੈਂਡਰ ਦੇ ਹੱਥ ਹੀ ਜਾਣੇ ਚਾਹੀਦੇ ਆ ਜਿਹੜੇ 40-40 ਸਾਲ ਤੋਂ ਮੰਡੀਆਂ 'ਚ ਕੰਮ ਕਰਦੇ ਪਏ ਆ। ਅੱਜ ਫਰੂਟ ਮੰਡੀ ਦਾ ਹਾਲ ਦੇਖ ਲਓ, ਫਰੂਟ ਮੰਡੀ ਬਿਲਕੁਲ ਗਾਹਕ ਨਹੀਂ ਹੈਗਾ, ਫਰੂਟ ਮੰਡੀ ਦੇ ਆੜ੍ਹਤੀ ਰੋ ਰਹੇ ਨੇ, ਉਹ ਗਾਹਕ ਉਹੀ ਨੇ ਉਹੀ ਜਿਹੜੇ ਅਸਲੀ ਸਟੀਟਮੈਂਟ ਨੇ ਉਹੀ ਮੰਡੀ ਜਾ ਨਹੀਂ ਪਾ ਰਹੇ। ਅੱਜ ਆੜ੍ਹਤੀ ਦੁਖੀ, ਕਿਸਾਨ ਦੁਖੀ, ਕਿਸਾਨ ਪਿਸ ਰਿਹਾ,
ਜਨਤਾ ਪਿਸ ਰਹੀ ਹੈ ਅਤੇ ਸਟੀਲ ਵੈਂਡਰ ਪਿਸ ਰਿਹਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦਾ ਹੋਇਆ ਮੈਂ ਬੇਨਤੀ ਕਰੂੰਗਾ ਡੀਸੀ ਸਾਹਿਬ ਨੂੰ, ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇ ਕੇ ਇਹ ਸਾਰੀ ਸੱਚਾਈ ਜਿਹੜੀ ਹੈ ਜਨਤਾ ਦੇ ਸਾਹਮਣੇ ਆਉਣੀ ਚਾਹੀਦੀ ਹੈ।